ਇੱਕ ਵਿਆਹੁਤਾ ਦੇ ਵੱਲੋਂ ਭੇਤ ਭਰੇ ਹਾਲਾਤਾਂ ਦੇ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ, ਜਦਕਿ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਹੁਰਾ ਪਰਿਵਾਰ ਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਤੇ ਸਿਰਫ ਉਹਨਾਂ ਦੇ ਮੂੰਹ ਨੂੰ ਹੀ ਸਲਫਾਜ਼ ਜੋ ਹੈ ਉਹ ਲਗਾਈ ਗਈ ਹੈ ਕਿ ਲੋਕਾਂ ਨੂੰ ਲੱਗੇ ਕਿ ਇਸਨੇ ਖੁਦਕੁਸ਼ੀ ਕੀਤੀ ਹੈ। ਪਰ ਦੱਸ ਦਈਏ ਕਿ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਸੱਸ, ਸਹੁਰਾ ਅਤੇ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਇਹ ਵਿਆਹ ਹੋਇਆ ਤਾਂ ਉਸ ਤੋਂ 1 ਸਾਲ ਬਾਅਦ ਹੀ ਜੋ ਪਤੀ ਹੈ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਦਾ ਸੀ, ਕੁੱਟਮਾਰ ਕੀਤੀ ਜਾਂਦੀ ਸੀ ਤੇ ਦਾਜ ਦੇ ਲਈ ਹੋਰ ਮੰਗ ਕੀਤੀ ਜਾਂਦੀ ਸੀ। ਹਾਲਾਂਕਿ ਜਦ ਸੀ ਉਹਨਾਂ ਨੇ ਪਹਿਲਾਂ ਵੀ ਕਾਫੀ ਦਾਜ ਦਿੱਤਾ ਸੀ ਤੇ ਮੁੜ ਤੋਂ ਜੋ ਇਸਦਾ ਪਤੀ ਸੀ ਇਸ ਦੇ ਨਾਲ ਕੁੱਟਮਾਰ ਕਰਦਾ ਸੀ ਕਿ ਉਹ ਆਪਣੇ ਘਰ ਤੋਂ ਜਾ ਕੇ ਹੋਰ ਦਾਜ ਲੈ ਕੇ ਆਵੇ, ਜਿਸ ਤੋਂ ਅੱਕ ਕੇ ਕਿਹਾ ਜਾ ਰਿਹਾ ਕਿ ਹੁਣ ਸਹੁਰਾ ਪਰਿਵਾਰ ਨੇ ਹੀ ਉਹਨਾਂ ਦੀ ਧੀ ਦਾ ਕਤਲ ਕਰ ਦਿੱਤਾ ਤੇ ਸੱਚ ਨੂੰ ਛੁਪਾਉਣ ਦੇ ਲਈ ਲੜਕੀ ਦੇ ਮੂੰਹ ਨੂੰ ਸਲਫਾਸ ਲਗਾ ਦਿੱਤੀ ਹੈ ਕਿ ਲੋਕਾਂ ਨੂੰ ਲੱਗੇ ਕਿ ਇਹ ਖੁਦਕੁਸ਼ੀ ਕੀਤੀ ਹੈ। ਪਰ ਦੱਸ ਦਈਏ ਕਿ ਜਾਂਚ ਦਾ ਵਿਸ਼ਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਸੱਸ, ਸਹੁਰਾ ਤੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਜਲੰਧਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦਾਜ ਦੀ ਭੇਟ ਚੜ੍ਹੀ ਹੈ। ਇੱਕ ਹੋਰ ਵਿਆਹੁਤਾ ਕਿਹਾ ਜਾ ਰਿਹਾ ਕਿ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਲਗਾਤਾਰ ਪਤੀ ਦੇ ਵੱਲੋਂ ਤੇ ਜਦੋਂ ਉਸਨੇ ਨਹੀਂ ਲਿਆ ਕੇ ਦਿੱਤਾ ਤਾਂ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਫਿਲਹਾਲ ਪੁਲਿਸ ਦੇ ਵੱਲੋਂ ਹੁਣ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਤੋਂ ਇਹ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਹਾਂਜੀ, ਕੀ ਨਾਮ ਜੀ ਤੁਹਾਡਾ? ਜੀ ਰਿਸ਼ਪਾਲ ਸਿੰਘ ਜੀ। ਲੜਕੀ ਦੇ ਨਾਲ ਕੀ ਰਿਸ਼ਤਾ ਜੀ? ਆਪਾਂ ਮੈਂ ਦਾਦਾ ਹਾਂ ਜੀ ਉਹਦਾ। ਕੀ ਗੱਲ ਹੋਈ ਜੀ ਉਹਨੂੰ? ਇਹ ਜੀ ਲੜਕੀ ਨੂੰ ਅੱਗੇ ਵੀ ਪਰੇਸ਼ਾਨ ਕੁੱਟਮਾਰ ਕਰਦੇ ਸੀਗੇ। ਅੱਛਾ ਜੀ। ਅਤੇ ਸਾਨੂੰ ਇਹਨਾਂ ਨੇ ਕੱਲ੍ਹ ਉਦੋਂ ਦੱਸਿਆ ਜਦੋਂ ਲੜਕੀ ਦਾ ਮਰਡਰ ਕਰਕੇ ਜੀ ਗਲਾ ਦਬਾ ਕੇ ਅਤੇ ਉਹਦੇ ਮੂੰਹ ਨੂੰ ਦਵਾਈ ਆਪਣੀ ਲਾ ਤੀ ਸਲਫਾਜ ਦੀ ਗੋਲੀ, ਤੁਹਾਡੀ ਕੁੜੀ ਦਵਾਈ ਖਾ ਗਈ ਲਾਜ ਦੀ ਮੰਗ ਕਰਦੇ ਜੀ। ਅਤੇ ਪਰੇਸ਼ਾਨ ਬਹੁਤ ਕੀਤਾ ਇਹਨਾਂ ਨੇ ਜੀ ਉਹਨੂੰ, ਕੁੜੀ ਨੂੰ ਮਾਰ ਕੇ। ਕੁਛ ਨਹੀਂ ਆ, ਕੋਈ ਹੈ ਨਹੀਂ, ਬੂ ਨਹੀਂ ਆਈ ਦਵਾਈ। ਕਿੰਨੇ ਸਾਲ ਹੋ ਗਏ ਮੈਰਿਜ ਨੂੰ? 4 ਸਾਲ ਲੱਗਿਆ ਜੀ। ਕਿੰਨੇ ਸਾਲ ਹੋ ਗਏ ਕੁੜੀ ਦੇ ਵਿਆਹ ਨੂੰ? 5ਵਾਂ ਸਾਲ ਲੱਗਿਆ। ਅਤੇ ਕਿੰਨੇ ਬੱਚੇ ਨੇ? ਇੱਕ ਲੜਕਾ ਆਈ 7 ਮਹੀਨਿਆਂ ਦਾ। ਅੱਛਾ ਜੀ। ਅਤੇ ਇਹ ਪਹਿਲਾਂ ਵੀ ਕੋਈ ਲੜਾਈ ਝਗੜਾ ਹੁੰਦਾ ਸੀ? ਪਹਿਲਾਂ ਵੀ ਕੁੱਟਮਾਰ ਕਰਦਾ ਸੀ ਜੀ। ਅੱਛਾ ਜੀ। ਅਤੇ ਕੋਈ ਫੈਸਲਾ ਕੋਈ ਸਿਰੇ ਨਹੀਂ ਚੜਿਆ? ਕੋਈ ਦਾਜ ਦੀ ਵੀ ਧਮਕੀ ਦਿੰਦਾ ਵੀ ਦਾਜ ਹੋਰ ਲਿਆ ਕੇ ਦੇ ਮੈਨੂੰ, ਕਿਉਂਕਿ ਦਾਜ ਬਹੁਤ ਦਿੱਤਾ ਇਹਦੇ ਨਾਲ, ਕਮਰਾ ਭਰਤਾ ਸੀ। ਅਤੇ ਜਿਹੜਾ ਹੁਣ ਵਾਕਿਆ ਹੋਇਆ ਉਹਦੇ ਬਾਰੇ ਦੱਸੋ ਕਿਸ ਤਰ੍ਹਾਂ ਹੋਇਆ? ਹੁਣ ਤਾਂ ਸਾਨੂੰ ਇਹਨਾਂ ਨੇ ਉਦੋਂ ਖਬਰ ਦਿੱਤੀ ਹੈ ਜਦੋਂ ਮਾਰ ਕੇ ਕੁੜੀ ਨੂੰ। ਅੱਛਾ ਜੀ। ਸਾਨੂੰ ਨਹੀਂ ਇਹਨਾਂ ਦੱਸਿਆ ਵੀ ਤੁਹਾਡੀ ਕੁੜੀ ਆ, ਸਾਨੂੰ ਕਹਿੰਦੇ ਤੁਹਾਡੀ ਕੁੜੀ ਨੇ ਦਵਾਈ ਖਾ ਲਈ। ਦਵਾਈ ਅਸੀਂ ਜਦੋਂ ਵੇਖਿਆ ਮੂੰਹ ਉੱਤੇ ਰੱਖ ਕੇ ਕੋਈ ਦਵਾਈ ਦੀ ਸਮੈਲ ਨਹੀਂ, ਕੋਈ ਕੁਛ ਨਹੀਂ, ਕੋਈ ਉਲਟੀ ਨਹੀਂ ਆਈ ਰਾਹ ਵਿੱਚ ਜਦੋਂ ਉੱਥੋਂ ਲੈ ਕੇ ਅਸੀਂ ਆਏ ਇੱਥੇ ਕੋਦਰ ਤੱਕ। ਕੁੜੀ ਦੇ ਸਾਰੇ ਗਲਾ ਦਬਾਇਆ ਆ। ਉੱਥੇ ਕੀ ਵਾਕਿਆ ਹੋਇਆ ਜਦੋਂ ਤੁਸੀਂ ਪਹੁੰਚੇ ਆ? ਸਾਨੂੰ ਤਾਂ ਕਹਿੰਦੇ ਇਹ ਕੁੜੀ ਨੇ ਦਵਾਈ ਆ ਹੀ, ਸਾਨੂੰ ਤਾਂ ਕਹਿੰਦੇ ਦਵਾਈ ਦਵਾਈ ਦਾ ਨਾਂ ਲਈ ਗਏ, ਗਲ ਪੈ ਗਏ ਮੂਹਰੇ ਸਾਡੇ ਜਦੋਂ ਅਸੀਂ ਗਏ ਹਾਂ, ਹੱਥੋਂ ਪਾਈ ਹੋਵੇ ਇਹਨਾਂ ਨੇ, ਗਾਹ ਕੱਢ ਲਿਆ ਮੁੰਡੇ ਨੇ ਸਾਡੇ ਪ੍ਰਾਹੁਣੇ ਨੇ। ਅਤੇ ਇਹ ਤਾਂ ਪੁਲਿਸ ਚੜ੍ਹੀ ਗਈ ਤਾਂ ਸਾਡਾ ਬਚਾਅ ਆ ਗਿਆ, ਸਾਡੇ ਵੀ ਸੱਟਾਂ ਮਾਰਨੀਆਂ ਸੀ। ਅਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਸਾਨੂੰ ਆਪਣੇ ਮਿਲਣਾ ਚਾਹੀਦਾ ਜੀ, ਇਨਸਾਫ ਪੂਰਾ ਮਿਲਣਾ ਚਾਹੀਦਾ ਜੀ, ਵੱਧ ਤੋਂ ਵੱਧ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ। ਅਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ? ਪੁਲਿਸ ਨੇ 306 ਦੀ ਕਾਰਵਾਈ ਕੀਤੀ ਜੀ, ਮਰਡਰ ਹੈਗਾ ਜੀ, 302 ਦਾ ਪਰਚਾ ਹੋਣਾ ਚਾਹੀਦਾ ਸੀ ਜੀ। ਅਤੇ ਅਰੈਸਟ ਹੋ ਗਿਆ ਜੀ ਉਹ?
ਅਰੈਸਟ ਉਹਦੇ ਪੁਲਿਸ ਨੇ ਉੱਥੇ ਕਰ ਲਿਆ ਸੀਗੇ ਜੀ। ਠੀਕ ਹੈ ਜੀ, ਹਾਂਜੀ। ਹਾਂਜੀ ਸਰ, ਸਰ ਕੀ ਮਾਮਲਾ ਜੀ ਇਹ? ਇਹ ਕੱਲ੍ਹ ਸਾਨੂੰ ਇੱਕ ਫੋਨ ਆਇਆ ਉੱਥੋਂ ਪਿੰਡ 'ਚੋਂ ਜੀ। ਕਿਹੜੇ ਪਿੰਡ 'ਚੋਂ? ਛੋਲਿਆਂ ਪਿੰਡ 'ਚੋਂ। ਅੱਛਾ ਜੀ। ਉਹ ਕਹਿੰਦੇ ਕਿ ਇੱਦਾਂ ਕਰਕੇ ਆਪਣੇ ਇੱਕ ਇੱਥੇ ਕੁੜੀ ਨੇ ਸੂਸਾਈਡ ਕਰ ਲਿਆ ਆ, ਥਾਣੇ ਸਰਕਾਰੀ ਫੋਨ 'ਤੇ ਫੋਨ ਆਇਆ। ਅਸੀਂ ਫਿਰ ਉਹ ਦੇਖੇ ਗਏ, ਐਸ ਐਚ ਓ ਸਾਹਿਬ ਗਏ ਮੌਕੇ 'ਤੇ, ਅਸੀਂ ਗਏ ਆਪਣੀ ਟੀਮ ਲੈ ਕੇ ਪੂਰੀ। ਕੱਢ ਜਾਂਦਿਆਂ ਨੂੰ ਉਹਦੀ ਕੁੜੀ ਦੀ ਡੈੱਡ ਬੋਡੀ ਮੰਜੇ 'ਤੇ ਪਈ ਸੀਗੀ। ਅੱਛਾ ਜੀ। ਅਸੀਂ ਉੱਥੇ ਮੰਜੇ 'ਤੇ ਉਹਦੀ ਫੋਟੋਆਂ ਵਗੈਰਾ ਖਿੱਚ ਕੇ ਅਤੇ ਅਸੀਂ ਆਪਣੇ ਨੂੰ ਇਨਵੈਸਟੀਗੇਸ਼ਨ ਵਾਸਤੇ ਹੋਸਪਿਟਲ ਦੀ ਮੋਚਰੀ 'ਚ ਜਮ੍ਹਾਂ ਕਰਾ ਦਿੱਤਾ। ਥਾਣੇਦਾਰ ਜੀ, ਜਦੋਂ ਤੁਸੀਂ ਪਿੰਡ ਪਹੁੰਚੇ ਹੋ ਉੱਥੇ ਲੜਾਈ ਵੀ ਹੋ ਰਹੀ ਸੀਗੀ ਸਾਡੇ ਲੜਕੀ ਪੱਖ ਨਾਲ? ਦੋਨੇ ਧਰਾਂ ਲੜਨ ਡਈਆਂ ਸੀਗੀਆਂ। ਅੱਛਾ ਜੀ। ਜਦੋਂ ਅਸੀਂ ਗਏ ਹਾਂ ਦੋਵਾਂ ਨੂੰ ਫਿਰ ਛਡਾਇਆ, ਛਡਾਉਣ ਤੋਂ ਬਾਅਦ ਜਦ ਫਿਰ ਇਹਨਾਂ ਨੂੰ ਕੁੜੀ ਦੇ ਸਹੁਰੇ ਨੂੰ, ਘਰ ਵਾਲੇ ਨੂੰ ਅਤੇ ਸੱਸ ਨੂੰ ਅਸੀਂ ਇੱਕ ਕਮਰੇ 'ਚ ਸੈੱਟ ਕਰਕੇ ਨਾਲ ਆਪਣੀ ਮੁਲਾਜ਼ਮ ਬਿਠਾਈ ਉੱਥੇ, ਮੁੜ ਕੇ ਅਸੀਂ ਫਿਰ ਇਹਨਾਂ ਨੂੰ ਸੈਟਿਸਫਾਈ ਕਰਾ ਕੇ ਅਤੇ ਇਹਨਾਂ ਨੂੰ ਲੈ ਕੇ ਥਾਣੇ ਆ ਗਏ, ਨਾਲ ਹੀ ਡੈੱਡ ਬੋਡੀ ਲੈ ਕੇ ਆ ਗਏ ਨੇ ਜੀ। ਸਰ ਇਹ ਦੱਸਿਆ ਜਾ ਰਿਹਾ, ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਹੈਗਾ ਲੜਕੀ ਦਾ ਕਤਲ ਕੀਤਾ ਗਿਆ, ਕੁੱਟ ਕੁੱਟ ਕੇ ਜਿਹੜਾ ਹੈਗਾ ਮਾਰਿਆ ਗਿਆ ਹੈਗਾ। ਸਾਨੂੰ ਤਾਂ ਇਹ ਇਨਫੋਰਮੇਸ਼ਨ ਆਈ ਸੀਗੀ ਕਿ ਲੜਕੀ ਨੇ ਸੂਸਾਈਡ ਕੀਤਾ ਕਿ ਆਪਣੇ ਦਵਾਈ ਪੀਤੀ ਆ। ਕੋਈ ਸੁਸਾਈਡ ਨੋਟ ਮਿਲਿਆ ਉੱਥੋਂ ਤੁਹਾਨੂੰ? ਨਾ ਜੀ, ਕੋਈ ਨਹੀਂ ਮਿਲਿਆ। ਅਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ? ਕਾਰਵਾਈ 306 ਦਾ ਪਰਚਾ ਦਿੱਤਾ ਜੀ। ਅਤੇ ਪਰਿਵਾਰ ਪੱਖ ਵਾਲੇ ਕਹਿ ਰਹੇ ਆ ਕਿ ਇੱਕ ਬੰਦਾ ਹੋ ਰਿਹਾ ਜਿਹਦਾ ਨਾਮ ਹਰਜਿੰਦਰ ਸਿੰਘ ਆ, ਉਹਨੇ ਉੱਥੇ ਜਿਹੜੀਆਂ ਪਰਿਵਾਰ ਦੀਆਂ ਲੜਕੀ ਪੱਖ ਦੀਆਂ ਔਰਤਾਂ ਉਹਨਾਂ ਦੇ ਉੱਤੇ ਵੀ ਵਾਰ ਕੀਤਾ ਹੈਗਾ, ਉਹਨਾਂ ਦੇ ਸੱਟਾਂ ਲੱਗੀਆਂ, ਉਹਦੇ 'ਤੇ ਕੀ ਕਾਰਵਾਈ ਕੀਤੀ? ਹਰਜਿੰਦਰ ਸਿੰਘ ਕੱਲ੍ਹ ਦਾ ਇਹਨਾਂ ਨੇ ਸਾਨੂੰ ਕੋਈ ਲਿਖਾਇਆ ਨਹੀਂ, ਇਹਨਾਂ ਨੇ ਜੋ ਬਿਆਨਾਂ 'ਚ ਸਾਨੂੰ ਲਿਖਾਏ ਤਿੰਨਾਂ ਬੰਦੇ ਮੈਨਸ਼ਨ ਕੀਤੇ ਆ ਸਾਡੇ ਕੋਲ ਉੱਥੇ। ਇਹਨਾਂ ਦਾ ਪੂਰਾ ਪਿੰਡ ਬੈਠਾ ਗਿਆ, ਦੋ ਸਰਪੰਚ, ਸਾਬਕਾ ਸਰਪੰਚ, ਸਾਰੇ ਪਿੰਡ ਬੈਠੇ ਗਏ, 40-50 ਬੰਦੇ ਸਾਡੇ ਕੋਲ ਬੈਠੇ, ਸ਼ਾਮ ਤੱਕ 7 ਵਜੇ ਤੱਕ ਬੈਠੇ ਰਹੇ ਆ। ਜੋ ਇਹਨਾਂ ਨੇ ਬਿਆਨ ਦਿੱਤੇ ਆ, ਜਸਪਾਲ ਸਿੰਘ ਨੇ, ਸੁਰਿੰਦਰ ਸਿੰਘ ਜੀ ਆ ਜੀ, ਸੁਰਿੰਦਰ ਸਿੰਘ ਨੇ ਜੋ ਬਿਆਨ ਦਿੱਤੇ ਉਹ ਬਿਆਨਾਂ 'ਤੇ ਇਹਨਾਂ ਦੇ ਪਰਚਾ ਕਾਰਵਾਈ ਕਰਤੀ ਆਪਾਂ, ਤਿੰਨਾਂ ਬਜਾਣਿਆਂ 'ਤੇ, ਸੱਸ 'ਤੇ, ਸਹੁਰੇ 'ਤੇ ਅਤੇ ਮੁੰਡੇ 'ਤੇ।